This program is sponsored by Ashoka, the original Indian taste. ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਤੁਹਾਡੇ ਨਾਲ ਅਰਸ਼ਦੀਪ ਅਤੇ ਤੁਹਾਡਾ ਫੇਵਰੇਟ ਸ਼ੋਅ ਸਪੋਟਲਾਈਟ ਲੈ ਕੇ ਹਾਜ਼ਰ ਹਾਂ। ਅੱਜ ਦਾ ਸਪੋਟਲਾਈਟ ਆਪਾਂ ਕਿਸੇ ਰੈਸਟੋਰੈਂਟ ਨੂੰ ਐਕਸਪਲੋਰ ਨਹੀਂ ਕਰਨਾ, ਕਿਸੇ ਸਪਾ ਨੂੰ ਐਕਸਪਲੋਰ ਨਹੀਂ ਕਰਨਾ। ਅੱਜ ਆਪਾਂ ਐਕਸਪਲੋਰ ਕਰਨਾ ਇੱਕ ਅਜਿਹੀ ਜਗ੍ਹਾ ਨੂੰ ਜਿੱਥੇ ਲੋਕ ਆਉਣਾ ਪਸੰਦ ਕਰਦੇ ਆ, ਡੇ ਸਪੈਂਡ ਕਰਨਾ ਪਸੰਦ ਕਰਦੇ ਆ, ਬਾਰਬੀਕਿਊ ਕਰਨਾ ਪਸੰਦ ਕਰਦੇ ਆ, ਮੀਟ ਐਂਡ ਗ੍ਰੀਟ ਔਰਗਨਾਈਜ਼ ਕਰਨਾ ਪਸੰਦ ਕਰਦੇ ਆ। ਜੀ ਹਾਂ, ਇੱਕ ਅਜਿਹਾ ਪਾਰਕ ਜਿੱਥੇ ਲੋਕ ਔਰਗਨਾਈਜ਼ ਕਰਦੇ ਨੇ ਆਪਣੇ ਇਵੈਂਟਸ ਅਤੇ ਆ ਕੇ ਆਪਣੀ ਫੈਮਿਲੀਜ਼ ਦੇ ਨਾਲ ਟਾਈਮ ਸਪੈਂਡ ਕਰਦੇ ਆ, ਆਪਣੇ ਕੁਲੀਗਸ ਦੇ ਨਾਲ, ਆਪਣੇ ਔਰਗਨਾਈਜ਼ਰਸ ਦੇ ਨਾਲ। ਸੋ ਉਹ ਹੈਗਾ ਆ ਪੀਸ ਆਰਚ ਪ੍ਰੋਵਿੰਸ਼ੀਅਲ ਪਾਰਕ। ਹਾਂਜੀ, ਤੁਹਾਨੂੰ ਅੱਜ ਮੈਂ ਲੈ ਕੇ ਆਈ ਹਾਂ ਪੀਸ ਆਰਚ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ। ਇਹਨਾਂ ਕੋਲ ਸਪੇਸ ਹੈਗੀ ਆ, ਤੁਸੀਂ ਉਹਨੂੰ ਬੁੱਕ ਕਰ ਸਕਦੇ ਹਾਂ, ਆਪਦੀ ਫੈਮਿਲੀ ਗੈਟ ਟੂਗੈਦਰ ਕਰ ਸਕਦੇ ਹਾਂ ਅਤੇ ਆ ਸਕਦੇ ਹਾਂ। ਆਓ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਇਹਦੇ ਵਿਊ ਨੂੰ ਵੀ ਦੇਖਦੇ ਹਾਂ, ਸਭ ਕੁਝ ਦੇਖਦੇ ਹਾਂ। ਆਓ ਤੁਹਾਨੂੰ ਦਿਖਾਉਂਦੇ ਹਾਂ ਪ੍ਰੋਵਿੰਸ਼ੀਅਲ ਪਾਰਕ ਨੂੰ। ਅੱਜ ਸਪੋਟਲਾਈਟ ਦੇ ਵਿੱਚ ਅਸੀਂ ਆਏ ਹੋਏ ਹਾਂ ਪੀਸ ਆਰਚ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ। ਇਸ ਪਾਰਕ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਮੇਰੇ ਪਿੱਛੇ ਅਮੈਰੀਕਾ ਅਤੇ ਕੈਨੇਡਾ ਦਾ ਬਾਰਡਰ ਹੈ, ਜਿਹੜਾ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਆਉਣਾ ਇੱਥੇ ਆ ਕੇ। ਜੇ ਤੁਸੀਂ ਅਮੈਰੀਕਾ ਨਹੀਂ ਵੀ ਜਾਣਾ ਤਾਂ ਤੁਸੀਂ ਇੱਥੇ ਆ ਕੇ ਇਹਨੂੰ ਦੇਖ ਸਕਦੇ ਹਾਂ, ਇਹਦੀ ਜਿਹੜੀ ਬਿਊਟੀ ਉਹਨੂੰ ਇੰਜੋਏ ਕਰ ਸਕਦੇ ਹਾਂ। ਇਹਦੇ ਨਾਲ ਜਿਹੜਾ ਓਸ਼ਨ ਲੱਗਦਾ ਆ, ਤੁਸੀਂ ਦੇਖ ਸਕਦੇ ਹਾਂ ਕਿ ਜਿਹੜਾ ਓਸ਼ਨ ਹੈਗਾ ਆ ਉਹ ਓਸ਼ਨ ਦੇ ਤੁਸੀਂ ਵਿਊ ਇੰਜੋਏ ਕਰ ਸਕਦੇ ਹਾਂ। ਅਤੇ ਪ੍ਰੋਵਿੰਸ਼ੀਅਲ ਪਾਰਕ, ਲੋਕ ਆਉਂਦੇ ਆ ਇੱਥੇ ਡੇ ਕੈਂਪਿੰਗ ਕਰਨ ਵਾਸਤੇ, ਡੇ ਕੈਂਪਿੰਗ ਕਰਨੀ ਆ ਜਾਂ ਤੁਸੀਂ ਕੋਈ ਪਿਕਨਿਕ ਕਰਨੀ ਆ, ਕੋਈ ਬਾਰਬੀਕਿਊ ਔਰਗਨਾਈਜ਼ ਕਰਨਾ, ਤੁਹਾਨੂੰ ਬੁੱਕ ਕਰਾਓ ਅਤੇ ਤੁਸੀਂ ਇੱਥੇ ਆ ਸਕਦੇ ਆ। ਤੁਹਾਨੂੰ ਉੱਧਰ ਵੀ ਲੈ ਕੇ ਜਾਂਦੇ ਹਾਂ, ਲੋਕਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ, ਪਰ ਤੁਸੀਂ ਉਹਨਾਂ ਚਿਰ ਇੰਜੋਏ ਕਰੋ ਪ੍ਰੋਵਿੰਸ਼ੀਅਲ ਪਾਰਕ ਨੂੰ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਪਾਰਕ ਆਪਦੇ ਆਪ 'ਚ ਹੀ ਇੱਕ ਖੂਬਸੂਰਤ ਪਾਰਕ ਹੈ। ਇਹ ਇੱਕ ਇਹਦੀ ਖਾਸੀਅਤ ਇਹ ਹੈ ਕਿ ਬਾਰਡਰ ਦੇ ਉੱਤੇ ਹੈ। ਬਾਰਡਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਨਾਲ ਹੀ ਅਮੈਰੀਕਾ ਦਾ ਬਾਰਡਰ ਹੈ, ਨਾਲ ਹੀ ਕੈਨੇਡਾ ਦਾ ਬਾਰਡਰ ਹੈ। ਸੋ ਤੁਸੀਂ ਜੇ ਵੇਟ ਕਰ ਰਹੇ ਹੋ, ਕਿਉਂਕਿ ਲਾਈਨ ਬਹੁਤ ਹੁੰਦੀ ਆ ਅਮੈਰੀਕਾ ਜਾਣ ਨੂੰ ਜਾਂ ਕੈਨੇਡਾ ਆਉਣ ਨੂੰ, ਤਾਂ ਤੁਸੀਂ ਇੱਥੇ ਬੈਠ ਕੇ ਰੈਸਟ ਕਰ ਸਕਦੇ ਹੋ, ਇਹ ਪਾਰਕ ਨੂੰ ਇੰਜੋਏ ਵੀ ਕਰ ਸਕਦੇ ਆ। ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਮੇਨਟੇਨ ਕੀਤਾ ਇਹਨਾਂ ਨੇ, ਕੈਨੇਡਾ ਦਾ ਫਲੈਗ ਫੁੱਲਾਂ ਦੇ ਨਾਲ ਬਣਾਇਆ ਹੋਇਆ। ਇਹ ਇੱਕ ਪਾਰਟ ਆਫ ਅਟਰੈਕਸ਼ਨ ਆ, ਲੋਕ ਆਉਂਦੇ ਆ ਪਿਕਚਰਸ ਖਿਚਾਉਂਦੇ ਆ ਆਪਦੀਆਂ ਅਤੇ ਇਹਨੂੰ ਪਾਰਕ ਨੂੰ ਐਕਸਪਲੋਰ ਕਰਦੇ ਆ। ਇੱਥੇ ਦੇਖ ਇਹ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਬਹੁਤ ਸੋਹਣੇ ਸੋਹਣੇ ਫੁੱਲ ਲਾ ਕੇ ਇਹਨੂੰ ਡਿਫਰੈਂਟ ਡਿਫਰੈਂਟ ਤਰ੍ਹਾਂ ਨਾਲ ਸਜਾਇਆ ਹੋਇਆ ਆ। ਸੋ ਆਓ ਤੁਹਾਨੂੰ ਅੱਗੇ ਲੋਕਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਤਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਇਹ ਪਾਰਕ ਕਿਉਂ ਵਧੀਆ ਲੱਗਦਾ। ਸੋ ਸਪੋਟਲਾਈਟ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਅੱਜ ਤੁਹਾਡੀ ਗੱਲਬਾਤ ਕਰਾ ਰਹੀ ਹਾਂ। ਇੱਕ ਮੈਨੂੰ ਬਾਬਾ ਜੀ ਮਿਲ ਗਏ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇੱਥੇ ਕਿੱਦਾਂ ਆਏ ਆ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਤੁਸੀਂ ਇੱਥੇ ਘੁੰਮਣ ਆਏ ਹੋ ਕਿ ਬਈ ਕੈਨੇਡਾ ਦੇ ਵਿੱਚ ਪਹਿਲੀ ਵਾਰ ਆਏ ਹੋ ਕਿ ਕਿੱਦਾਂ ਆਏ ਆ, ਸਾਡੇ ਦਰਸ਼ਕਾਂ ਨੂੰ ਦੱਸੋ। ਹਾਂਜੀ, ਅਸੀਂ ਆਏ ਹੋ ਤਾਂ ਲੌਂਗ ਟਾਈਮ ਦੇ ਹਾਂ, ਉੱਦਾਂ ਹੀ ਵੈਸੇ ਅਸੀਂ ਗਰਮੀ ਦਾ ਇੰਜੋਏ ਕਰਨ ਆਏ ਹਾਂ ਵੀ ਪਾਰਕ ਦੇ ਵਿੱਚ ਦੇਖੀਏ ਕਿੱਦਾਂ ਦਾ ਹੈਗਾ ਇੰਜੋਏ ਇੱਥੇ, ਅਤੇ ਸਾਨੂੰ ਬੜਾ ਬਿਊਟੀਫੁੱਲ ਆ ਇਹ। ਅਮੈਰੀਕਾ ਨੂੰ ਜਾਣੇ ਚੱਲੇ ਜਾਣ ਦੀ ਸਲਾਹ ਹੈ ਕਿ ਜਸਟ ਪਾਰਕ ਦੇ ਵਿੱਚ ਘੁੰਮਣ ਆਏ ਹੋ? ਨਹੀਂ, ਜਸਟ ਆਏ ਤਾਂ ਅਸੀਂ ਪਾਰਕ ਦੇ ਵਿੱਚ ਸੀ, ਅਸੀਂ ਜਾ ਆਏ ਅਮੈਰੀਕਾ ਗੈਸ ਲੈਣ ਦਾ, ਸਾਨੂੰ ਥੋੜ੍ਹਾ ਜਿਹਾ ਹੁੰਦਾ ਵੀ ਚਲੋ ਲਾਲਚ ਦੇ ਨਾਲ ਅਸੀਂ ਉੱਧਰ ਉੱਧਰ ਹੀ ਨਾਲੇ ਘੁੰਮ ਕੇ ਦੇਖ ਆਉਣਾ ਅਤੇ ਨਾਲੇ ਅਸੀਂ ਆਪਣਾ ਜਿਹੜਾ ਇੱਥੇ ਪਾਰਕ ਦਾ ਇੰਜੋਏ ਕਰ ਲੈਣਾ ਹੈ। ਪਾਰਕ ਇਹ ਪਾਰਕ ਨੂੰ ਵਿੱਚ ਤੁਹਾਨੂੰ ਕੀ ਵਿਲੱਖਣ, ਕੀ ਵੱਖਰਾ ਲੱਗਦਾ ਦੂਜੇ ਪਾਰਕਾਂ? ਇੱਥੇ ਦੋਹਾਂ ਸਾਈਡਾਂ ਬੰਦੇ ਇਕੱਠੇ ਹੁੰਦੇ ਆ, ਆਪਸ ਵਿੱਚ ਇੱਥੇ ਖਾਣਾ ਬੈਠ ਕੇ ਖਾਂਦੇ ਆ, ਤਾਂ ਸਾਨੂੰ ਬੜਾ ਪਸੰਦ ਆਉਂਦਾ। ਇਸ ਵੇਲੇ ਬਾਹਰ ਦੀ ਹਵਾ ਜਿਹੜੀ ਹੈ, ਤੁਹਾਨੂੰ ਪਤਾ ਕੁਦਰਤੀ ਜਿਹੜੀ ਨੇਚਰ ਲਿਆ ਉਹ ਬਹੁਤ ਘੱਟ ਮਿਲਦੀ ਆ, ਅਤੇ ਉੱਦਾਂ ਆਮ ਤੌਰ 'ਤੇ ਅਸੀਂ ਆਪਣੇ ਅੰਦਰਾਂ 'ਚ ਬੈਠਣਾ ਜਾਂ ਆਪਣੇ ਜਾੜਾਂ 'ਚ ਬੈਠਣਾ, ਅਤੇ ਇਹ ਸਾਨੂੰ ਖੁੱਲ੍ਹੀ ਹਵਾ ਮਿਲਦੀ ਆ, ਇਸ ਕਰਕੇ ਸਾਨੂੰ ਬੜਾ ਪਸੰਦ ਆਉਂਦਾ ਹੈ। ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ। Thank you.
ਮੇਰੇ ਪਿੱਛੇ ਇੱਕ ਪਾਰਟੀ ਚੱਲ ਰਹੀ ਹੈ ਕਿਸੇ ਕੰਪਨੀ ਦੀ, ਉਹ ਵੀ ਪਾਰਕ ਦੇ ਵਿੱਚ। ਤੁਸੀਂ ਦੇਖੋ ਗੈਟ ਟੂਗੈਦਰ ਕੀਤਾ ਉਹਨਾਂ ਨੇ ਪਾਰਕ ਦੇ ਵਿੱਚ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿੱਦਾਂ ਇਹ ਬੁਕਿੰਗਸ ਹੁੰਦੀਆਂ, ਜਾਂ ਇਹਨਾਂ ਨੂੰ ਪਹਿਲਾਂ ਸਾਈਟ ਇੱਥੇ ਆ ਕੇ ਬੁੱਕ ਕਰਨੀ ਪੈਂਦੀ ਹੈ ਕਿ ਜਦੋਂ ਮਰਜ਼ੀ ਆ ਕੇ ਲੈ ਸਕਦੇ ਹਾਂ। ਸੋ ਸਾਰਾ ਕੁਛ ਤੁਹਾਨੂੰ ਦੱਸਦੇ ਹਾਂ ਅਤੇ ਤੁਹਾਨੂੰ ਲੈ ਕੇ ਜਾਂਦੇ ਹਾਂ ਪਾਰਕ ਦੇ ਵਿੱਚ। ਇਹ ਬੱਚਿਆਂ ਦੇ ਖੇਡਣ ਲਈ ਵੀ ਬੜੀ ਵਧੀਆ ਜਗ੍ਹਾ ਆ। ਤੁਸੀਂ ਦੇਖ ਸਕਦੇ ਬੱਚੇ ਕਿੰਨਾ ਇੰਜੋਏ ਕਰਦੇ ਆ। ਜਿਵੇਂ ਜਿਵੇਂ ਦਿਨ ਢਲੀ ਜਾਂਦਾ ਰੌਣਕ ਉਵੇਂ ਉਵੇਂ ਵਧੀ ਜਾਂਦੀ ਆ, ਉਵੇਂ ਉਵੇਂ ਲੋਕ ਜਿਹੜੇ ਬਾਹਰ ਨਿਕਲ ਕੇ ਇੰਜੋਏ ਕਰੀ ਜਾਂਦੇ ਪਏ ਹੈਗੇ ਆ। ਧੁੱਪ ਤੋਂ ਡਰਦੇ ਵੀ ਆ, ਧੁੱਪ 'ਚ ਜਾਣਾ ਪਸੰਦ ਵੀ ਕਰਦੇ ਆ, ਪਰ ਹੁਣ ਧੁੱਪ ਥੋੜ੍ਹੀ ਜਿਹੀ ਘੱਟ ਗਈ ਆ, ਲੋਕ ਓਨਾ ਹੀ ਇੰਜੋਏ ਕਰ ਰਹੇ ਆ। ਅਤੇ ਆਓ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਸੋ ਪਾਰਕ ਦੇ ਵਿੱਚ ਆਏ ਹੋਏ ਆ, ਇਹ ਕੇਟਰਿੰਗ ਕੀਤੀ ਹੈ ਓਸ਼ਨ ਵੈਸਟ ਕੰਪਨੀ ਨੇ, ਉਹ ਕੰਪਨੀ ਜਿਹੜੀ ਹਾਲੀਵੁੱਡ ਮੂਵੀਜ਼ ਦੇ ਉੱਤੇ ਹੀ ਜਿਹੜੀ ਹੈਗੀ ਹੈ ਕੇਟਰਿੰਗ ਕਰਦੀ ਆ, ਪਰ ਅੱਜ ਉਹ ਪਾਰਕ ਵਿੱਚ ਕਰਦੇ ਪਏ ਆ। ਅੱਜ ਉਹਨਾਂ ਨੂੰ ਪੁੱਛਦੇ ਹਾਂ ਕਿ ਅੱਜ ਕੀ ਰਾਜ ਹੈ ਇਹਦੇ ਪਿੱਛੇ। ਸੋ ਹਾਈ, ਫਸਟ ਆਫ ਆਲ ਆਈ ਐਮ ਫਰੋਮ ਸਾਂਝਾ ਟੀਵੀ, ਐਂਡ ਕੈਨ ਯੂ ਲੈਟ ਮਾਈ ਵਿਊਅਰਸ ਨੋ ਅਬਾਊਟ ਯੋਰ ਨੇਮਸ ਫਰਸਟ? ਯੈਸ, ਆਈ ਐਮ ਮਾਈਕਲ ਥਾਮਸ ਐਂਡ ਆਈ ਐਮ ਰੌਬ ਵੈਂਡਰਬਰਗ, ਐਂਡ ਵੈਲਕਮ ਯੂ ਔਨ ਦ ਸਾਂਝਾ ਟੀਵੀ। And we are shooting for the show called Spotlight. And okay. We would like to know about your company, because we saw your vanity vans on the movie sets and how you are on the private event. So what's the... Well, primarily we're an all full service catering company. I mean, we cater to private, corporate, and to the film industry. What do you want to say? Well, I mean, we are first and foremost, we're hotel chefs. That's our background. And like Michael said, we just do everything. I mean, we get requests for movies, commercials, private functions, weddings, everything. So good to know, because maybe some people know that you are just doing catering for the movie sets. Right, yeah. And the advantage that we have, I think, over most caterers is, I mean, we have several of these mobile units, you know, which are great in these sort of environments. They're food safe, they're, you know, fire suppression vehicles, those sorts of things. So we have the ability of feeding hundreds and hundreds of people, hot, fresh, ready now. Just roll the trucks in. So it's and my question is, if they want to book you, they have to book you in advance, and how they can book you? They can give us a quick shout. My name, our phone number is 604-722-4857. Now we got a nice website set up at oceanwestcatering.com. Phone number is right here. Again, it's pretty easy to get a hold of us, and easy to book it. And from how long you are working for the company? Like, it's your company, right? We own it. Yeah. Your company, but for how long you are running? For it? 18 years. 18 years. Oh, perfect. 18 years. Nice to talk to you. Yes, nice. Thank you so much. Thank you. ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੁੱਕੀ ਹਾਂ ਕਿ ਮੇਰੇ ਪਿੱਛੇ ਪਾਰਟੀ ਚੱਲਦੀ ਹੈ, ਅਤੇ ਮੈਂ ਤੁਹਾਨੂੰ ਮਿਲਾਉਣਾ ਸੀ ਔਰਗਨਾਈਜ਼ਰ ਦੇ ਨਾਲ, ਅਤੇ ਔਰਗਨਾਈਜ਼ਰ ਨੂੰ ਮੈਂ ਫੜ ਲਿਆ ਹੈ, ਅਤੇ ਇਹ ਤਾਂ ਆਪਣੇ ਨਿਕਲਿਆ ਪਰਮਿੰਦਰ ਚੌਹਾਨ ਜੀ। ਇਹ ਆਪਣੇ ਕਮਿਊਨਿਟੀ ਦੇ ਪ੍ਰੋਮੀਨੈਂਟ ਬੰਦੇ ਆ, ਆਲਵੇਜ਼ ਕਮਿਊਨਿਟੀ ਦੇ ਕੰਮਾਂ ਵਾਸਤੇ ਅੱਗੇ ਰਹਿੰਦੇ ਆ, ਇੰਸ਼ੋਰੈਂਸ ਕੰਪਨੀ ਦੇ ਓਨਰ ਹੈਗੇ ਆ। ਹੁਣ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਇਹੀ ਪਾਰਕ ਨੂੰ ਕਿਉਂ ਚੁਣਿਆ ਆਪਣੀ ਪਾਰਟੀ ਦੇ ਲਈ। ਸੋ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਮੈਨੂੰ ਟਾਈਮ ਦੇਣ ਦੇ ਲਈ। ਥੈਂਕ ਯੂ ਤੁਹਾਡਾ, ਅਸੀਂ ਤੁਹਾਨੂੰ ਫੜ ਲਿਆ। ਮੈਂ ਕਿਹਾ ਦੇਖਦੇ ਹਾਂ ਕਿਹਦੀ ਪਾਰਟੀ ਚੱਲਦੀ ਪਈ ਹੈ। ਸੋ ਮੈਂ ਇਹ ਪੁੱਛਣਾ ਸੀ ਕਿ ਇਹ ਪਾਰਕ ਹੀ ਤੁਸੀਂ ਕਿਉਂ ਚੁਣਿਆ? ਇੱਥੇ ਅਸੀਂ ਕਈ ਸਾਲਾਂ ਤੋਂ ਇੱਥੇ ਅਸੀਂ ਪਿਕਨਿਕ ਕਰਦੇ ਹਾਂ, ਕਿਉਂਕਿ ਇਹ ਬਹੁਤ ਵਧੀਆ ਜਗ੍ਹਾ ਆ। ਗਰਮੀ ਘੱਟ ਹੁੰਦੀ ਆ, ਟ੍ਰੀ ਕਾਫੀ ਜ਼ਿਆਦਾ ਹੈਗੇ, ਇੱਕ ਸਾਰਿਆਂ ਨੂੰ ਐਕਸੈਸ ਦੇ ਲਈ ਬਹੁਤ ਈਜ਼ੀ ਆ। ਸੋ ਬਾਰਡਰ ਤੋਂ ਪਹਿਲਾਂ ਹੈਗਾ, ਟ੍ਰੈਫਿਕ ਦਾ ਜ਼ਿਆਦਾ ਸਾਹਮਣਾ ਨਹੀਂ ਕਰਨਾ ਪੈਂਦਾ, ਅਤੇ ਬਹੁਤ ਵਧੀਆ ਮਾਹੌਲ ਇੱਥੇ ਜਿਹੜਾ ਆ ਬਣਦਾ ਆ ਜਦੋਂ ਇੱਕ ਦੂਜੇ ਦੇ ਨਾਲ ਮਿਲਣਾ, ਰਿਲੇਸ਼ਨਸ਼ਿਪ ਬਿਲਡਿੰਗ ਦਾ ਕੰਮ ਅਸੀਂ ਕਰਦੇ ਹਾਂ। ਸੋ ਉਸ ਕਰਕੇ ਅਸੀਂ ਇੱਥੇ ਅਰੇਂਜ ਕਰਦੇ ਹਰ ਸਾਲ। ਮੇਰਾ ਕੁਐਸਚਨ ਇਹ ਸੀ, ਮੈਂ ਆਪਦੀ ਆਡੀਅੰਸ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਜੇ ਉਹਨਾਂ ਨੇ ਇੱਥੇ ਕੋਈ ਪਾਰਟੀ ਜਾਂ ਕੋਈ ਪਿਕਨਿਕ ਆਰਗੇਨਾਈਜ਼ ਕਰਨੀ ਆ, ਤਾਂ ਉਹਨਾਂ ਨੂੰ ਉੱਥੋਂ ਪਹਿਲਾਂ ਕੋਈ ਕਿਤੇ ਮੈਂਬਰ ਕਿਤੇ ਬੁਕਿੰਗ ਕਰਾਉਣੀ ਪੈਂਦੀ ਆ ਕਿ ਐਨੀ ਟਾਈਮ ਦੇ ਕੈਨ ਕਮ? ਇਹ ਪੀਸ ਆਰਚ ਪਾਰਕ ਜਿਹੜੀ ਆ, ਉਹਨਾਂ ਦੇ ਥਰੂ ਸਾਨੂੰ ਬੁੱਕ ਕਰਨਾ ਪੈਂਦਾ ਪਾਰਕਸ ਵਾਲਿਆਂ ਦੇ, ਅਤੇ ਕੋਈ ਮਹਿੰਗਾ ਨਹੀਂ ਹੈਗਾ, $200 ਦੀ ਫੀਸ ਹੈਗੀ ਆ। ਅਤੇ ਪਰ ਜੇ ਆਪਾਂ ਵੀਕਐਂਡ ਬੁੱਕ ਕਰਾਉਣਾ, ਇਹ ਸਾਲ ਦੋ ਸਾਲ ਪਹਿਲਾਂ ਆਲਰੇਡੀ ਬੁੱਕ ਹੁੰਦਾ, ਸੋ ਆਪਾਂ ਨੂੰ ਪਹਿਲਾਂ ਪਲਾਨ ਕਰਨਾ ਪੈਂਦਾ। ਸੋ ਵੀਕਡੇ ਦੇ ਵਿੱਚ ਮਿਲਣ ਦੇ ਚਾਂਸਿਸ ਹੁੰਦੇ ਆ। ਇਸ ਸਾਲ ਜਿੱਦਾਂ ਅਸੀਂ ਵੀਕਐਂਡ 'ਤੇ ਚਾਹੁੰਦੇ ਸੀ, ਸਾਨੂੰ ਮਿਲਿਆ ਨਹੀਂ, ਸੋ ਇਸ ਕਰਕੇ ਅਸੀਂ ਬੁੱਧਵਾਰ ਦਾ ਦਿਨ ਜਿਹੜਾ ਹੈ ਉਹ ਚੂਜ਼ ਕੀਤਾ। ਅਤੇ ਹੁਣ ਮੈਂ ਤੁਹਾਡੀ ਪਾਰਟੀ ਬਾਰੇ ਵੀ ਥੋੜ੍ਹਾ ਜਿਹਾ ਪੁੱਛ ਲਾਂ ਵੀ ਤੁਸੀਂ ਇਹ ਪਾਰਟੀ ਕਿਉਂ ਕਰ ਰਹੇ ਹੋ? ਇਹ ਜਿਹੜੇ ਸਾਡੇ ਜਿੰਨੇ ਇੰਪਲੋਈ ਆ, ਐਡਵਾਈਜ਼ਰ ਆ,
ਕੰਮ ਕਰਦੇ ਸਾਰੇ ਤੇ ਐਪਰੀਸੀਏਸ਼ਨ ਉਹਨੂੰ ਦੇਣ ਦੇ ਲਈ ਕਿ ਉਹਨਾਂ ਦਾ ਰੋਲ ਜਿਹੜਾ ਸਾਡੇ ਲਈ ਬਹੁਤ ਇੰਪੋਰਟੈਂਟ ਆ ਕਿਉਂਕਿ ਜੋ ਵੀ ਅੱਜ ਆ ਉਹਨਾਂ ਦੇ ਕਰਕੇ ਹੀ ਆ ਅਤੇ ਉਹਦੇ ਨਾਲ ਨਾਲ ਜਿਹੜੇ ਕਮਿਊਨਿਟੀ ਦੇ ਬੰਦੇ ਸਾਨੂੰ ਹਮੇਸ਼ਾ ਸਪੋਰਟ ਕਰਦੇ ਆ, ਫਰੈਂਡਸ ਆ, ਫੈਮਿਲੀ ਮੈਂਬਰ ਆ, ਅਤੇ ਉਹਨਾਂ ਨੂੰ ਦਿਖਾਲਣ ਦੇ ਲਈ ਇਹ ਵੀ ਐਪਰੀਸੀਏਸ਼ਨ ਆ ਇੱਕ, ਅਤੇ ਨਾਲ ਨਾਲ ਨੈਟਵਰਕਿੰਗ ਹੋ ਜਾਂਦੀ, ਨਾਲ ਪਿਕਨਿਕ ਹੋ ਜਾਂਦੀ ਆ ਅਤੇ ਨਾਲ ਨਾਲ ਖਾਣਾ ਖਾ ਲਈਦਾ। ਆਫਿਸ ਤੋਂ ਦੂਰ ਕਿਤੇ ਖੁੱਲ੍ਹੀ ਜਗ੍ਹਾ ਅਤੇ ਅੱਗੇ ਉਹਨਾਂ ਨੂੰ ਫੀਲ ਨਾ ਹੋਵੇ ਕਿ ਆਫਿਸ ਵਿੱਚ ਰਿਲੈਕਸਿੰਗ ਮਾਹੌਲ ਜਿੱਥੇ ਕੰਮ ਦਾ ਪ੍ਰੈਸ਼ਰ ਨਹੀਂ। ਹਾਂਜੀ, ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਥੈਂਕ ਯੂ ਤੁਹਾਡਾ। ਸੋ ਇਹ ਸਨ ਮੇਰੇ ਨਾਲ ਪਰਮਿੰਦਰ ਚੌਹਾਨ ਜੀ। ਤੁਹਾਨੂੰ ਇਹਨਾਂ ਨੇ ਦੱਸਿਆ ਕਿ ਜ਼ਿਆਦਾ ਮਹਿੰਗਾ ਨਹੀਂ ਹੈਗਾ, ਜੇ ਵੱਡੀ ਜਗ੍ਹਾ ਬੁੱਕ ਕਰਾਉਣੀ ਆ ਤਾਂ $200 ਫੀਸ ਆ, ਤੁਹਾਨੂੰ ਪਹਿਲਾਂ ਬੁਕਿੰਗ ਕਰਾਉਣੀ ਪੈਣੀ ਆ। ਜੇ ਤੁਸੀਂ ਜ਼ਿਆਦਾ ਗੈਦਰਿੰਗ ਕਰਨੀ ਆ, ਵੀਕਐਂਡ ਲੈਣਾ ਆ, ਤਾਂ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ, ਬਹੁਤ ਬਿਜ਼ੀ ਹੁੰਦਾ ਆ। ਪਰ ਲੋਕੇਸ਼ਨ ਮਸਟ, ਮੈਂ ਕਹਿਣਾ ਚਾਹੂੰਗੀ ਕਿ ਆਓ ਅਤੇ ਇੱਥੇ ਇੰਜੋਏ ਕਰੋ ਪਿਕਨਿਕ ਨੂੰ। ਪਰ ਹੁਣ ਇਸ ਵੇਲੇ ਵਿਹਲਾ ਹੋ ਚੁੱਕਿਆ, ਛੋਟੀ ਜਿਹੀ ਬ੍ਰੇਕ ਦਾ, ਮੈਂ ਵੀ ਦੇਖ ਕੇ ਆਉਂਦੀ ਹਾਂ, ਖਾਣ ਵਾਸਤੇ ਹੈਗਾ ਆ, ਖਾ ਕੇ ਵੀ ਆਉਂਦੀ ਹਾਂ। ਤੁਸੀਂ ਵੀ ਲੈ ਲਓ ਬ੍ਰੇਕ, ਪਾਣੀ ਪੀ ਲਓ, ਚਾਹ ਪੀ ਲਓ, ਪਰ ਜਾਣਾ ਕਿਤੇ ਨਹੀਂ, ਦੇਖਦੇ ਰਹੋ ਸਪੋਟਲਾਈਟ। This program is sponsored by Ashoka, the original Indian taste. This program is sponsored by Ashoka, the original Indian taste. Welcome back after a short break in Ashoka Masale Presents Spotlight. ਅਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹੈਗੀ ਹਾਂ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ, ਪਰ ਉੱਥੇ ਮੈਂ ਇਵੈਂਟ ਵੀ ਤੁਹਾਨੂੰ ਦਿਖਾਇਆ ਕਿ ਉੱਥੇ ਇਵੈਂਟ ਹੋ ਰਿਹਾ ਆ। ਸੋ ਓ ਹਾਈ ਮਿੱਕੀ, ਸੋਰੀ ਮੈਨੂੰ ਕੋਈ ਮਿਲ ਗਿਆ ਆ ਪਾਰਕ ਦੇ ਵਿੱਚ, ਉਹ ਹੈਗੇ ਆ ਮਿੱਕੀ। ਪਹਿਲਾਂ ਮੈਂ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸਦਾ, ਉਹ ਇਸ ਇਵੈਂਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟੀ ਹਾਂ ਉਹਦੇ ਵਨ ਆਫ ਦਾ ਆਰਗਨਾਈਜ਼ਰ ਹੈਗੇ ਆ। ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਇਸ ਪਾਰਕ ਨੂੰ ਹੀ ਕਿਉਂ ਚੁਣਿਆ, ਅਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹਾਈ Hi Arsh, so how you are here? Good, and plus we are having our annual picnic here. Wow, we had a conversation with Barminder Chauhan. So tusi main sunya ki one of the organizer hege ho, so aa park nu main viewers nu dikhaundi payi ha ki eh park de vich aao te eh bahut vadhiya park hega picnic vaste, par tusi is particular park nu kyon chunya? Normally eh vaise pehla vi saadi last year vi destination sigi, and plus it's you know green over here. I mean park is always you know people like to come, and you can bring your kids. And sare jane hana ikatthe enjoy karde, and mostly apne functions, events, banquet hall which the indoors hunde hai. So this is plus summer is here, so this is another thing. I mean we want to be outdoors, and mostly park is that place ਕਿ ਤੁਸੀਂ ਸਾਰੇ ਜਾਣੇ ਇਕੱਠੇ ਮਿਲ ਕੇ ਜਿੱਦਾਂ ਇੰਜੋਏ ਕਰਦੇ ਹਾਂ। ਪਰਫੈਕਟ, ਦੇਖੋ ਇਹਨਾਂ ਨੇ ਵਧੀਆ ਕਿ ਗੱਲ ਕਹੀ ਹੈ ਕਿ ਆਪਾਂ ਉੱਦਾਂ ਵੀ ਆਫਿਸ ਦੇ ਵਿੱਚ ਜਾਂਦੇ ਹਾਂ, ਬੈਂਕਟ ਹਾਲ ਦੇ ਵਿੱਚ ਜਾਂਦੇ ਹਾਂ ਤਾਂ ਅੰਦਰ ਵੜ ਕੇ ਬੈਠਦੇ ਹਾਂ, ਪਰ ਇੱਥੇ ਓਪਰਚੁਨਿਟੀ ਹੈ ਕਿ ਤੁਸੀਂ ਬਾਹਰ ਐਕਸਪਲੋਰ ਕਰਦੇ ਹਾਂ, ਵਧੀਆ ਥਾਂ ਨੂੰ ਐਕਸਪਲੋਰ ਕਰਦੇ ਹਾਂ। ਸੋ ਮਿੱਕੀ, ਇਹ ਇੱਕ ਅਲਕੋਹਲ ਫਰੀ ਵੀ ਹੁੰਦੇ ਹੈਗੇ ਆ ਪਾਰਕ, ਸੋ ਜਿੱਥੇ ਤੁਸੀਂ ਅਲਕੋਹਲ ਨਹੀਂ ਪੀ ਸਕਦੇ ਉਹ ਵੀ ਇੱਕ ਮੇਨ ਬੈਨੀਫਿਟ ਹੈ ਇੱਕ ਪਾਰਟੀ ਨੂੰ ਇੰਜੋਏ ਕਰਨ ਦਾ, ਤੁਸੀਂ ਕੀ ਕਹਿੰਦੇ ਆ? ਹਾਂਜੀ, ਡੈਫੀਨੇਟਲੀ ਅਲਕੋਹਲ ਫਰੀ ਇਨਵਾਇਰਮੈਂਟ ਇਜ਼ ਆਲਵੇਜ਼ ਹੈਲਥੀ, ਐਂਡ ਪਲੱਸ ਲਾਈਕ ਯੂ ਨੋ ਇਟਸ ਮੋਰ ਫਨ, ਤੁਹਾਡਾ ਫਨ ਸਪੋਇਲ ਨਹੀਂ ਹੁੰਦਾ, ਹੈ ਨਾ, ਤੁਹਾਨੂੰ ਪਤਾ ਕਈ ਵਾਰ ਕਿੱਦਾਂ ਦੇ ਇੰਸੀਡੈਂਟਸ ਹੋ ਜਾਂਦੇ ਆ, ਸੋ ਇਟਸ ਆਲਵੇਜ਼ ਗੁੱਡ ਟੂ ਹੈਵ ਅਲਕੋਹਲ ਫਰੀ ਪਾਰਟੀਜ਼ ਐਸ ਵੈਲ।
थैंक यू फॉर टॉकिंग टू अस. थैंक यू सो मच. थैंक यू. सो तुसीं देखिया कि पार्क्स दे विच बेनिफिट ये है कि अल्कोहल फ्री हुंदे आ, तो तुसीं पार्टी नू हेल्थी वे दे नाल इंजॉय कर सकते आ. ते मेरे पिछे हैगा बॉर्डर, ते तुसीं उहनू भी देख सकते आ कि बॉर्डर दे उत्ते लाइनस लोक आ रहे आ, कोई कैनेडा तो आ रहा, तो कोई कैनेडा तो जा रहा है, कोई अमेरिका जा रहा है. सो तुसीं इहनू भी इंजॉय करो, ते नाल नाल इस पार्क दीआं लोकेशनस नू भी. सो अज परमिंदर चौहान जी होना ने जिहड़ा मीट एंड ग्रीट किया हैगा, उहदे विच मेरे नाल हैगे ने डॉक्टर जसबीर निरवाल जी, ग्लोबल मीडिया इंक तो उन्हां नाल गलबात करदे आ, ते उन्हां नूं पुछदे आ परमिंदर चौहान जी बारे. सत श्री अकाल जी. सत श्री अकाल अर्शदीप. सब तो पहलां तुहानूं बहुत बहुत प्यार, ते तुहाडा जिहड़ा सांझा टीवी आ, उहनां दे जिहड़े दर्शक आ, उहनां सारिआं नूं प्यार ते सतिकार. जिथों तक परमिंदर चौहान होणा दा संबंध आ, कम्यूनिटी चंगे जाणे पछाणे आ, चंगा इहनां दा नां आ, चंगी इन्हें विद्या अकल इलम ज्ञान इन्हों का सारा ही बहुत सलाहण योग वा. और बड़ी गल ये आ भी कम्यूनिटी के जोड़ा इन्हों का विचरन का ढंग वा, वह इन्ना सहज तो इन्ना सोहना आ भाई. जदों भी तुसी एक जिदा मैं समझना जिदा बड़े बंदे की डेफिनेशन होंगी ना कि दूजा आम सधारण लोगों ने ही बहुत छेती रलता. तुसीं इत्थे भी देखिया होना किदा तुहानूं कल्ले कल्ले टेबल ते कल्ला कल्ला नाल जाके, सो कित्थे उह वड्डी उह बिजनेस रन करदे आ, पर कम्यूनिटी के नाल उन्हों का जोड़ा जुड़ाव आ वह बहुत सोहना. और खास तौर पर जिहड़ियां किन्नियां चैरिटीज़, कैंसर सोसायटी जिहड़ी आ, होमलैसनैस, रोटरी क्लब, जिथे कितें भी कुछ ना कुछ अपनी जेब के विचों हर थां वह पाउंदे आ. सो यह मैनूं गल बहुत सोहनी लगती आ. और जिहड़ा एक ये भावना इदां निरपक्ष हो के निर्लेप हो के जिहड़ा वह कहिंदे ना मैं किसी के काम आ जावां, मैं कुछ कर दवां अगलियां लई, दूजियां लई कुछ कर दवां. सो ये बहुत वड्डी आ. अज भी तुसीं देखिया किदां सारी कम्यूनिटी बहुत सोहणी इहनां दे नाल इहनां दे नाल प्यार करदी आ कम्यूनिटी. जिवें कि तुसीं कहा है बहुत औखी गल हुंदी है किसी दे वास्ते कुछ करना, पर जिहड़ा अज दा जिहड़ा हैगा उह उहनां ने आपदे स्टाफ वास्ते कीता, होर कम्यूनिटी दे लोकां वास्ते कीता, क्योंकि उह लोक आपदी आपणे मैंबरस नूं मिलाउणा चाहुंदे आ. किते ना किते सारियां कंपनीज़ नूं भी करना चाहीदा. अर्शदीप, एक इह जिहड़ी नैटवर्किंग वा इह तां सदा ही फायदा दिंदी आ. तुसीं कोई भी कम करदे आ, बिजनेस करदे आ, जे तुहाडे कस्टमर खुश वा उह तुहाडे नाल कनैक्ट हुंदे आ, तुहाडे नाल जुड़दे आ, तुहानूं किते ना किते फायदा. पर फिर मैं इस गल कहना चौहान साहब नूं, बेसिकली एक इन्हां दी नैटवर्किंग तां हैगी आ, पर जिहड़ा इह इदां हत्थों दिंदे आ दूजिआं नूं, दूजिआं दे दुख सुख शामिल हो के उहनां नूं कुछ ना कुछ कहिंदे आ वी मैं अपनी पॉकेट दे विच्चों पा के समाज नूं थोड़ा सोहणा करिए, वधिया करिए, चंगीआं गल्लां, जिहड़ा एक वैल्यू सिस्टम आ, जिहड़ा एक रोल मॉडल वजों इह विचरिआ, ਉਹ ਮੈਨੂੰ ਬਹੁਤ ਸੋਹਣਾ ਲੱਗਦਾ. ਇੱਦਾਂ ਹੋਰ ਵੀ ਮੈਂ ਸਮਝਦਾ ਸਾਰੇ ਬੰਦਿਆਂ ਨੂੰ ਜਿਹੜੇ ਰੀਣਕ ਸਮਰੱਥ ਆ, ਜਿਹਨਾਂ ਨੂੰ ਰੱਬ ਨੇ ਦਿੱਤਾ, ਜਿਹਨਾਂ ਕੋਲ ਅਕਲ ਇਲਮ ਗਿਆਨ ਵਾ, ਸਾਰਿਆਂ ਨੂੰ ਇੱਕ ਇਹਨਾਂ ਨੂੰ ਰੋਲ ਮਾਡਲ ਵਜੋਂ ਦੇਖਣਾ ਚਾਹੀਦਾ. ਔਰ ਇਹ ਮੂਹਰੇ ਆਉਣਾ ਚਾਹੀਦਾ, ਕਮਿਊਨਿਟੀ ਨੂੰ ਸਰਵ ਕਰਨਾ ਚਾਹੀਦਾ, ਔਰ ਕੋਈ ਜਿਹੜੀ ਹੈ ਕਿ ਇਹਦੇ ਵਿੱਚੋਂ ਨਵੀਆਂ ਚੀਜ਼ਾਂ, ਨਵੀਂ ਸੋਚ ਨਿਕਲਦੀ ਆ. ਤੁਹਾਡਾ ਧੰਨਵਾਦ ਬਹੁਤ ਬਹੁਤ. ਥੈਂਕ ਯੂ ਜੀ. ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਵਾਸਤੇ. ਤੁਸੀਂ ਦੇਖ ਸਕਦੇ ਹੋ ਕਿ ਹਾਓ ਪੀਸਫੁਲ ਇਟ ਇਜ਼, ਕਿੰਨਾ ਸ਼ਾਂਤੀ ਹੈ, ਕਿੰਨਾ. ਕਈ ਪਾਰਕਾਂ ਦੇ ਵਿੱਚ ਦੇਖੀਦਾ ਕਿ ਬਹੁਤ ਲੋਕ ਹੁੰਦੇ ਆ, ਤੁਹਾਨੂੰ ਉਹ ਇੰਜੋਏ ਕਰਨ ਦਾ ਟਾਈਮ ਨਹੀਂ ਮਿਲਦਾ, ਪਰ ਇਸ ਪਾਰਕ ਦੇ ਵਿੱਚ ਇਟਸ ਟੂ ਪੀਸਫੁਲ. ਜੇ ਤੁਸੀਂ ਪਾਰਟੀ ਵੀ ਇੱਕ ਪਾਸੇ ਹੋ ਰਹੀ ਹੈ, ਤਾਂ ਇੱਕ ਪਾਸੇ ਤੁਸੀਂ ਦੇਖੋ ਕਿ ਲੋਕ ਇੰਜੋਏ ਕਰ ਰਹੇ ਆ, ਆਪਦੀ ਫੈਮਿਲੀ ਦੇ ਨਾਲ ਬੈਠੇ ਆ, ਆਪਦਾ ਟਾਈਮ ਇੰਜੋਏ ਕਰਦੇ ਆ. ਸਭ ਤੋਂ ਖਾਸੀਅਤ ਗੱਲ ਮੈਨੂੰ ਇਸ ਚੀਜ਼ ਦੀ ਲੱਗੀ ਕਿ ਪੀਣ ਵਾਲੇ ਪਾਣੀ ਵਾਸਤੇ ਸਾਨੂੰ ਕਈ ਵਾਰ ਦੇਖਣਾ ਪੈਂਦਾ ਆ, ਕਈ ਵਾਰ ਇੱਕ ਜਾਂ ਦੋ ਥਾਵਾਂ 'ਤੇ ਲੱਗੀਆਂ ਹੁੰਦੀਆਂ ਆ ਫੋਰ ਸ਼ੋਰ. ਪਰ ਇਸ ਪਾਰਕ ਦੇ ਵਿੱਚ ਥੋੜ੍ਹੇ ਥੋੜ੍ਹੇ ਡਿਸਟੈਂਸ ਦੇ ਉੱਤੇ ਇਹਨਾਂ ਨੇ ਆਹ ਆਪਾਂ ਨੂੰ ਡਰਿੰਕੇਬਲ ਵਾਟਰ ਲਾਇਆ ਹੋਇਆ ਹੈ. ਇਹ ਵੀ ਇੱਕ ਇਹਦੀ ਖਾਸੀਅਤ ਹੈਗੀ ਆ ਕਿ ਤੁਸੀਂ ਜੇ ਪਾਣੀ ਪੀਣਾ ਆ, ਪਿਆਸ ਲੱਗੇ, ਤੁਹਾਨੂੰ ਪਤਾ ਹੀ ਹੈ ਕਿ ਗਰਮੀ ਇੰਨੀ ਹੁੰਦੀ ਆ, ਬਹੁਤ ਪਿਆਸ ਲੱਗਦੀ ਸਮ, ਤੁਸੀਂ ਕੈਰੀ ਕਰਦੇ ਹਾਂ ਵਾਟਰ, ਬਟ ਸਟਿਲ ਸਮਟਾਈਮਸ ਤੁਸੀਂ ਭੁੱਲ ਜਾਂਦੇ ਆ ਜਾਂ ਘੱਟ ਰਹਿ ਜਾਂਦੀਆਂ, ਪਰ ਪਾਣੀ ਮੋਸਟ ਇੰਪੋਰਟੈਂਟ. ਅਤੇ ਅੱਜ ਕੱਲ੍ਹ ਜਿਵੇਂ ਕਿ ਗਰਮੀ ਵਧੀ ਹੋਈ ਆ, ਅਤੇ ਇਹ ਟਿਪ ਵੀ ਹੋ ਗਿਆ ਅੱਜ ਸਪੋਟਲਾਈਟ ਦੇ ਵਿੱਚ ਕਿ ਪਾਣੀ ਜ਼ਰੂਰ ਪੀਣਾ ਚਾਹੀਦਾ ਆ. ਪਾਣੀ ਸਿਹਤ ਲਈ ਵੀ ਚੰਗਾ ਆ, ਗਰਮੀ ਵਾਸਤੇ ਵੀ ਚੰਗਾ ਆ, ਸੋ ਪਾਣੀ ਪੀਂਦੇ ਰਹਿਣਾ ਚਾਹੀਦਾ ਆ. ਸੋ ਮੈਂ ਇੱਕ ਬੈਂਚ ਲੱਭ ਲਿਆ ਆ ਜਿੱਥੇ ਛਾਂ ਹੈਗੀ ਆ, ਧੁੱਪ ਵੀ ਨਹੀਂ ਹੈਗੀ,
ਤੇ ਮੈਂ ਟਾਇਰਡ ਹੋ ਗਈ ਸੀ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਹਿਲਾਂ ਪਾਣੀ ਤਾਂ ਦੱਸ ਕੇ ਹਟੀ ਹਾਂ ਅਤੇ ਗਾਰਬੇਜ ਕੈਨ ਵੀ ਇਹਨਾਂ ਨੇ ਥਾਂ ਥਾਂ 'ਤੇ ਲਾਇਆ ਇੱਕ ਨਹੀਂ ਡਬਲ ਡਬਲ ਗਾਰਬੇਜ ਕੈਨ ਲਾਏ ਹੋਏ ਆ ਇਹਨਾਂ ਨੇ ਅਤੇ ਇਹਨਾਂ ਨੇ ਜੇ ਤੁਸੀਂ ਰੀਸਾਈਕਲ ਆ ਉਹਦੇ ਲਈ ਵੀ ਅਲੱਗ ਲਾਇਆ ਹੋਇਆ ਸਮਟਾਈਮਸ ਤੁਸੀਂ ਨਹੀਂ ਦਿਮਾਗ 'ਚ ਰੱਖਦੇ ਕਿ ਰੀਸਾਈਕਲ ਤੁਸੀਂ ਅੱਡ ਕਰਕੇ ਪਾਉਣਾ ਆ ਜਾਂ ਗਾਰਬੇਜ ਨੂੰ ਇਕੱਠਾ ਪਾ ਦੇਣਾ ਆ ਸੋ ਇਹ ਇਨਵਾਇਰਮੈਂਟ ਫਰੈਂਡਲੀ ਵੀ ਹੈ ਕਿ ਤੁਸੀਂ ਗਾਰਬੇਜ ਨੂੰ ਨਾ ਖਿਲਾਰੋ ਗਾਰਬੇਜ ਕੈਨ ਰੱਖੇ ਹੋਏ ਆ ਗਾਰਬੇਜ ਨੂੰ ਉਹਦੇ ਵਿੱਚ ਪਾਓ ਅਤੇ ਤੁਸੀਂ ਦੇਖ ਸਕਦੇ ਹਾਂ ਕਿ ਮੈਂ ਹੁਣ ਬੈਂਚ ਦੇ ਉੱਤੇ ਬੈਠ ਗਈ ਹਾਂ ਮੇਰੇ ਪਿੱਛੇ ਵੀ ਫੈਮਿਲੀ ਡਿਨਰ ਕਰਦੀ ਪਈ ਹੈਗੀ ਆ ਆਪਦਾ ਅਤੇ ਉਦੋਂ ਪਿੱਛੇ ਜਿਹੜੀ ਰੋਡ ਜਾਂਦੀ ਪਈ ਆ ਉਹ ਸਿੱਧੀ ਅਮੈਰੀਕਾ ਨੂੰ ਜਾਊਗੀ ਸੋ ਜੇ ਅਮੈਰੀਕਾ ਤੁਸੀਂ ਆਉਣਾ ਆ ਜਾਣਾ ਆ ਤਾਂ ਇੱਥੇ ਤੁਸੀਂ ਆਪਦੀ ਫੈਮਿਲੀ ਨਾਲ ਬੈਠ ਕੇ ਲੰਚ ਕਰ ਸਕਦੇ ਹਾਂ ਤਾਂ ਫਿਰ ਅਮੈਰੀਕਾ ਨੂੰ ਬਾਰਡਰ ਕ੍ਰੋਸ ਵੀ ਕਰ ਸਕਦੇ ਹਾਂ ਸੋ ਕਨਵੀਨੀਅੰਟ ਹੈ ਜੇ ਤੁਸੀਂ ਅਮੈਰੀਕਾ ਨੂੰ ਜਾ ਰਹੇ ਹੋ ਜਾਂ ਤੁਸੀਂ ਉੱਦਾਂ ਹੀ ਡੇ ਆਫ ਹੈ ਅਤੇ ਬਾਹਰ ਜਾ ਕੇ ਕੁਛ ਫਨ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਜ਼ਰੂਰ ਆਪਦੇ ਬੱਚਿਆਂ ਨੂੰ ਲੈ ਕੇ ਆਓ ਗੁੱਡ ਪਲੇਸ ਪਰ ਮੈਂ ਹੁਣ ਇੱਥੇ ਬੈਠ ਕੇ ਰੈਸਟ ਕਰਦੀ ਹਾਂ ਤੁਸੀਂ ਇੰਜੋਏ ਕਰਕੇ ਆਓ ਵਿਊਜ਼ ਨੂੰ So as I tell you, I have a visitor here. Let's ask them the questions. Hi, first of all, welcome to you on our channel. Hi. Hi. So you are doing a family picnic here? Yes, we're barbecuing. Mm-hmm. And why you choose the particular park? This park is, it is, you see, it's not a lot of people here, so it's kind of quiet and mm-hmm. private. Mm-hmm. And it's very close to US border. And so if we want a few hour guys, we can just cross the border, it's cheaper there. So every time you are coming here or you are going to different parks? We tried a few and this park is one of the best. Oh, you like this park is best. So if you want to rate the park from the others, like from 10, so how much you rate the park? From 10, this one is about, I would say this one is about 9.5. Oh, perfect. Yeah, because like, it's why a great place, close mm-hmm. to the ocean, mm-hmm. like the sea, and the washroom is very clean. Mm-hmm. Yeah. Yeah. And perfect. Yeah. Yeah, and you like the park. Yeah, I like the park. Thank you yes. so much. Thank you so much for talking to us. Thank you so much. So, ਜਿਵੇਂ ਕਿ ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਵਾਸ਼ਰੂਮ ਵੀ ਇਹਨਾਂ ਦੇ ਕਲੀਨ ਆ ਕਈ ਥਾਵਾਂ 'ਤੇ ਵਾਸ਼ਰੂਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰਾਬ ਹੋ ਜਾਂਦੇ ਆ ਜਾਂ ਸਟੱਕ ਹੋ ਜਾਂਦੇ ਆ ਪਰ ਇਹਨਾਂ ਦੇ ਵਾਸ਼ਰੂਮ ਟਾਈਮ ਟੂ ਟਾਈਮ ਕਲੀਨ ਕਰਦੇ ਰਹਿੰਦੇ ਆ ਸ਼ਾਂਤੀ ਪੂਰੀ ਆ ਪਾਰਕ ਦੇ ਵਿੱਚ ਪੂਰਾ ਪੀਸਫੁਲ ਇਹਦਾ ਇਨਵਾਇਰਮੈਂਟ ਆ ਸੋ ਕਮ ਐਂਡ ਵਿਜ਼ਿਟ ਦ ਪਾਰਕ ਸੋ ਮੈਂ ਹੈਗੀ ਹਾਂ ਪੀਸ ਆਰਟਸ ਪ੍ਰੋਵਿੰਸ਼ੀਅਲ ਪਾਰਕ ਦੀ ਪਾਰਕਿੰਗ ਲੋਟ ਦੇ ਵਿੱਚ ਤੁਸੀਂ ਹੁਣ ਇਹ ਸੋਚਦੇ ਹੋਗੇ ਕਿ ਤੁਸੀਂ ਪਾਰਕਿੰਗ ਲੋਟ 'ਚ ਕੀ ਕਰਦੇ ਹੋ ਸਾਰੇ ਕਿਤੇ ਪਾਰਕਿੰਗ ਹੁੰਦੀ ਹੈ ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਦੇ ਹੈਵ ਅ ਬਿਗ ਪਾਰਕਿੰਗ ਲੋਟ ਜਿਹਦੇ ਵਿੱਚ ਤੁਸੀਂ ਕੋਇਨ ਵੀ ਨਹੀਂ ਪਾਉਣੀ ਕੋਈ ਪਾਰਕਿੰਗ ਫੀ ਨਹੀਂ ਹੈਗੀ ਕੋਈ ਤੁਸੀਂ ਇਹਦਾ ਵੀਜ਼ਾ ਨਹੀਂ ਸਵਾਈਪ ਕਰਨਾ ਆਉਣਾ ਪਾਰਕਿੰਗ ਲਾਉਣੀ ਆ ਬਿਗ ਪਾਰਕਿੰਗ ਹੈਗੀ ਆ ਬਹੁਤ ਥਾਂ ਹੈਗੀ ਆ ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਹਜੇ ਵੀ ਪਾਰਕਿੰਗ ਦੇ ਸਪੋਟ ਜਿਹੜੇ ਹੈਗੇ ਆ ਉਹ ਖਾਲੀ ਪਏ ਹੈਗੇ ਆ ਕਿਉਂਕਿ ਹਰੇਕ ਥਾਂ ਦੇ ਉੱਤੇ ਜਾ ਕੇ ਪਾਰਕਿੰਗ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਪਾਰਕਿੰਗ ਨਹੀਂ ਮਿਲਦੀ ਅਤੇ ਘੰਟਾ ਘੰਟਾ ਤੁਹਾਨੂੰ ਪਾਰਕਿੰਗ ਦੇ ਵਾਸਤੇ ਖੱਜਲ ਹੋਣਾ ਪੈਂਦਾ ਪਰ ਇੱਥੇ ਇਟਸ ਅ ਬਿਗ ਪਾਰਕਿੰਗ ਲੋਟ ਤੁਸੀਂ ਜਿੱਥੇ ਮਰਜ਼ੀ ਕਾਰ ਪਾਰਕ ਕਰ ਸਕਦੇ ਹੋ ਵਿਦਆਊਟ ਐਨੀ ਚਾਰਜਸ ਦੇਖ ਸਕਦੇ ਹੋ ਕਿ ਮੈਂ ਪੀਸ ਆਰਚ ਪ੍ਰੋਵਿੰਸ਼ੀਅਲ ਪਾਰਕ ਦੀ ਐਂਟਰੀ 'ਤੇ ਹੈਗੀ ਹਾਂ ਮੇਰੇ ਜਾਣ ਦਾ ਟਾਈਮ ਹੋ ਗਿਆ ਆ ਜਾਣ ਨੂੰ ਮੇਰਾ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਆ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਥੋੜ੍ਹਾ ਟਾਈਮ ਹੋਰ ਬੈਠ ਕੇ ਵੀ ਜਾਣਾ ਹਜੇ ਬਿਕੋਜ਼ ਡੇ ਇਜ਼ ਬਿਊਟੀਫੁਲ ਅਤੇ ਬੜਾ ਸ਼ਾਂਤੀ ਵਾਲਾ ਮਾਹੌਲ ਹੈਗਾ ਆ ਅਤੇ ਤੁਸੀਂ ਇਸ ਪਾਰਕ ਨੂੰ ਵਿਜ਼ਿਟ ਕਰਨਾ ਨਹੀਂ ਭੁੱਲਣਾ ਇਸ ਪਾਰਕ ਨੂੰ ਆਉਣਾ ਆ ਪੀਸ ਆਰਚ ਬਾਰਡਰ 'ਤੇ ਹੈਗਾ ਆ ਨਾਲ ਹੀ ਤੁਸੀਂ ਜੇ ਅਮੈਰੀਕਾ ਚੱਲੇ ਹੋ ਤਾਂ ਇਸ ਪਾਰਕ ਨੂੰ ਵਿਜ਼ਿਟ ਜ਼ਰੂਰ ਕਰਨਾ ਯੂ ਵਿਲ ਸ਼ੋਰਲੀ ਲਾਈਕ ਇਟ ਅਤੇ ਤੁਸੀਂ ਆਪਦਾ ਫੇਵਰੇਟ ਸ਼ੋਅ ਸਪੋਟਲਾਈਟ ਇਹ ਵੀ ਦੇਖਣਾ ਨਹੀਂ ਭੁੱਲਣਾ ਅਗਲੇ ਫਰਾਈਡੇ ਫਿਰ ਵਾਪਸ ਆਵਾਂਗੇ ਨਵੇਂ ਸ਼ੋਅ 'ਤੇ ਇੱਕ ਨਵੀਂ ਸਪੋਟ ਨੂੰ ਐਕਸਪਲੋਰ ਕਰਾਉਣ ਲਈ ਤਦ ਤੱਕ ਮੈਨੂੰ ਅਰਸ਼ਦੀਪ ਨੂੰ ਇੱਥੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ
This program is sponsored by Ashoka, the original Indian taste.